ਟੀਮ ਪੰਜਾਬੀ ਦੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ 'ਚ ਦਰਸ਼ਕ ਸਾਨੂੰ ਇਸ ਟਾਈਮ ਵਾਚ ਕਰ ਰਹੇ ਨੇ, ਟੀਮ ਪੰਜਾਬੀ ਦੀ ਟੀਮ ਅੱਜ ਜੰਡਿਆਲਾ ਮੰਚਕੀ ਦੇ ਵਿੱਚ ਪਹੁੰਚੀ ਹੋਈ ਹੈ। ਜੰਡਿਆਲਾ ਮੰਚਕੀ ਦੇ ਵਿੱਚ ਕਬੱਡੀ ਕੱਪ 'ਤੇ ਲੱਗ ਰਹੀਆਂ ਨੇ ਰੌਣਕਾਂ। ਹਜੇ ਪਹਿਲਾਂ ਮੈਚ ਚੱਲ ਰਿਹਾ ਅਤੇ ਬੈਠਣ ਨੂੰ ਜਗ੍ਹਾ ਨਹੀਂ ਮਿਲ ਰਹੀ, ਅਤੇ ਮੇਰੇ ਨਾਲ ਨੇ ਮੇਨ ਕਰਤਾ ਤਾਤਾ ਜਤਿੰਦਰ ਜੌਲ ਸਾਹਿਬ USA ਤੋਂ ਜੰਡਿਆਲਾ ਮੰਚਕੀ ਦੇ ਜਿਹੜੇ ਮੇਨ ਪ੍ਰਮੋਟਰ ਨੇ, ਬੜੀ ਸੇਵਾ ਕਰ ਰਹੇ ਨੇ ਮਾਂ ਖੇਡ ਕਬੱਡੀ ਦੀ, ਉਹ ਕਰਦੇ ਹਾਂ ਸਵਾਗਤ ਜੌਲ ਸਾਹਿਬ ਦਾ। ਜੌਲ ਸਾਹਿਬ ਸਵਾਗਤ ਹੈ ਟੀਮ ਪੰਜਾਬੀ ਦਾ। ਟੀਮ ਪੰਜਾਬੀ ਦਾ ਧੰਨਵਾਦ ਜੋ ਸਾਡਾ ਮੇਲਾ ਕਵਰ ਕਰਨ ਲਈ ਆਏ ਕੈਨੇਡਾ ਤੋਂ ਸਪੈਸ਼ਲ, ਥੈਂਕ ਯੂ ਲੱਕੀ ਕਰਾਲੀ ਭਾਅ ਜੀ। ਜੌਲ ਸਾਹਿਬ ਸਿਫਤ ਨਹੀਂ ਕੋਈ ਬੜੀ ਛੋਟੀ ਉਮਰ ਦੇ ਵਿੱਚ ਵੱਡੀਆਂ ਪਲਾਂਘਾਂ ਮੈਂ ਕਹਿ ਸਕਦਾ, ਤੁਸੀਂ ਕਬੱਡੀ ਮਾਂ ਖੇਡ ਕਬੱਡੀ ਲਈ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹੋ ਬੜਾ ਠੋਕ ਵਜਾ ਕੇ, ਇਹੋ ਜਿਹੇ ਮੇਲੇ ਪੰਜਾਬ ਦਾ ਜਿਹੜਾ ਜੰਡਿਆਲਾ ਮੰਚਕੀ ਦਾ ਮੇਲਾ ਤੁਸੀਂ ਲਿਸਟ ਪਹਿਲੀ ਲਿਸਟ ਦੇ ਵਿੱਚ ਲਿਆਂਦਾ ਪੰਜਾਬ ਦਾ, ਮਾਣ ਮਹਿਸੂਸ ਕਰਦੇ ਹੋ? ਹਾਂਜੀ ਭਾਈ, ਰਲ ਮਿਲ ਕੇ ਇਲਾਕੇ ਦਾ ਸਾਥ ਆ, ਵਧੀਆ ਮੇਲਾ ਹੋ ਜਾਂਦਾ ਹਰ ਸਾਲ। ਅੱਛਾ, ਤੁਹਾਡੇ ਨਾਲ ਜਿਹੜੇ ਖੇਡ ਪ੍ਰਮੋਟਰ ਜੁੜੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਤੁਹਾਡਾ ਜਿਹੜਾ ਗਰੁੱਪ ਆ, ਤੁਹਾਡੀ ਕਮੇਟੀ ਆ ਜਿਹੜੀ? ਮੈਂ ਇਹੀ ਕਹਿਣਾ ਚਾਹੁੰਦਾ ਜਿੱਦਾਂ ਸੁੱਖਾ ਭਾਅ ਜੀ, ਸੱਤਾ ਭਾਅ ਜੀ, ਪਾਲਾਸ ਭਾਅ ਜੀ, ਮੱਖਣ ਲਾਲ ਪੱਲਣ, ਬਾਂਕਾ ਭਾਅ ਜੀ, ਜਿੰਨੇ ਵੀ ਸਾਡੇ ਗੋਪੀ ਜੌਲ, ਜਿੰਨਾ ਵੀ ਸਾਡਾ ਸਾਰਾ ਸਾਥ ਦੇ ਰਿਹਾ, ਇੱਦਾਂ ਹੀ ਸਾਡਾ ਹਰ ਸਾਲ ਮੇਲਾ ਸਾਥ ਦਿਓ ਅਤੇ ਅਸੀਂ ਮੇਲਾ ਵਧੀਆ ਕਰਾਈਏ। ਅੱਛਾ ਜਤਿੰਦਰ ਜੌਲ ਜੀ, ਤੁਸੀਂ ਵਧਾਈ ਦੇ ਹੱਕਦਾਰ ਹੋ, ਪਹਿਲਾ ਮੈਚ ਹੋਇਆ ਅਤੇ ਇਕੱਠ ਪੂਰਾ ਤੁਹਾਡੇ ਹੋ ਗਿਆ ਮੇਲੇ 'ਤੇ, ਇਸ ਟਾਈਮ ਲਾਲਾ ਲਾਲਾ ਮੇਲੇ ਦੀ ਅੱਜ ਸਾਰਾ ਦਿਨ ਹੋਵੇਗੀ। ਜਦੋਂ ਮੈਚ ਸ਼ੁਰੂ ਹੁੰਦੇ ਨੇ, ਮੇਲਾ ਤੁਸੀਂ ਆਰੰਭ ਕਰਦੇ ਹੋ, ਜਿੱਦਾਂ ਦੋ ਦਿਨ ਦਾ ਮੇਲਾ ਹੁੰਦਾ ਇਹ, ਅੱਜ ਜਦੋਂ ਇੰਨਾ ਇਕੱਠ ਹੁਣੇ ਹੋ ਗਿਆ, ਕੀ ਫੀਲ ਕਰਦੇ ਹੋ, ਮਾਣ ਮਹਿਸੂਸ ਕਰਦੇ ਹੋ ਹੁਣੇ? ਹਾਂਜੀ, ਅਸੀਂ ਸੰਗਤ ਦਾ ਧੰਨਵਾਦ ਕਰਦੇ ਹਾਂ ਜੋ ਸਾਡਾ ਹਰ ਸਾਲ ਆ ਕੇ ਇੱਦਾਂ ਹੀ ਸਾਥ ਦਿੰਦੇ ਆ, ਸੰਗਤ ਦੇ ਨਾਲ ਹੀ ਮੇਲਾ, ਸਾਡੇ ਇਕੱਲਿਆਂ ਨਾਲ ਮੇਲਾ ਨਹੀਂ ਹੈਗਾ। ਅੱਛਾ ਭਾਅ ਜੀ, ਸਪੈਸ਼ਲ ਦਰਸ਼ਕਾਂ ਦਾ ਬੜਾ ਧਿਆਨ ਰੱਖਦੇ ਹੋ, ਤੁਸੀਂ ਕੀ ਰੱਖਿਆ ਐਤਕੀ ਲੱਕੀ ਡਰੋਅ 'ਚ? ਪਿਛਲੇ ਸਾਲ ਅਸੀਂ ਅਲਟੋ ਰੱਖੀ ਸੀ, ਪਰ ਉਹ ਕਿਸੇ ਜੰਗ ਜਿਹੇ ਮੁੰਡੇ 16-17 ਸਾਲ ਦੇ ਨੂੰ ਨਿਕਲੀ ਸੀ, ਅਸੀਂ ਫੀਲ ਬੈਡ ਕੀਤਾ ਵੀ ਗੇੜੀਆਂ ਗੁੜੀਆਂ ਮਾਰੂੰ, ਇਸ ਵੇਲੇ ਅਸੀਂ ਇਸ ਵਾਰੀ ਛੋਟਾ ਹੱਥੀ ਰੱਖਿਆ ਜੇ ਉਹ ਕਿਸੇ ਦੇ ਕੰਮ ਆਵੇ। ਵਾਹ ਜੀ ਵਾਹ, ਬੜੀ ਗੱਲ ਆ। ਕੋਈ ਮੈਂ ਵੀ ਪੁੱਛਣਾ ਚਾਹੁੰਦਾ ਸੀ ਵੀ ਛੋਟਾ ਹਾਥੀ ਕਿਉਂ ਰੱਖਿਆ, ਜੇ ਕੋਈ ਲੈ ਕੇ ਜਾਵੇ ਤਾਂ ਮਿਹਨਤ ਕਰੇ ਉਹਦੇ ਉੱਤੇ, ਉਹ ਆਪਣਾ ਕਾਰੋਬਾਰ ਦਾ ਕੰਮ ਵੀ ਚਲਾ ਸਕਦਾ, ਇਹ ਸੋਚ ਹੈ ਤੁਹਾਡੀ? ਇਹ ਸੋਚ ਆ, ਕਿਸੇ ਨੂੰ ਨਿਕਲੇ ਤਾਂ ਦਰਸ਼ਕ ਨੂੰ ਨਿਕਲੇ, ਜਾਂ ਉਹਨੂੰ ਕੰਮ ਕਰੂਗਾ, ਜਾਂ ਉਹਨੂੰ ਕੋਈ ਡਰਾਈਵਰ ਰੱਖ ਕੇ ਰੈਂਟ 'ਤੇ ਕਰੂਗਾ ਤਾਂ ਉਹਨੂੰ ਆਮਦਨ ਆਊਗੀ। ਵਾਹ ਜੀ ਵਾਹ, ਬਹੁਤ ਵਧੀਆ ਸੋਚ ਹੈ ਤੁਹਾਡੀ ਭਾਅ ਜੀ। ਅੱਛਾ, ਅੱਜ 3 ਕਮੈਂਟੇਟਰਾਂ ਦਾ ਸਨਮਾਨ ਵੀ ਹੋ ਰਿਹਾ, ਉਹ ਵੀ ਦੱਸੋ ਕਿਹੜੀਆਂ ਕਿਹੜੀਆਂ ਗੱਡੀਆਂ ਦੇ ਨਾਲ ਅਤੇ ਕਿਹੜੇ ਕਿਹੜੇ ਕਮੈਂਟੇਟਰਸ ਨੇ? ਸਤਪਾਲ ਕਟਾਲ ਮਾਹੀ ਦਾ ਆਲਟੋ ਗੱਡੀ ਨਾਲ ਸਮਾਨ ਤੋਰਾ ਜੋ ਕੈਲੀਫੋਰਨੀਆ ਸੈਂਟਰ ਵੈਲੀ ਵਾਲੇ ਮੇਰੇ ਫਰੈਂਡ ਕਰ ਰਹੇ ਆ, ਅਤੇ ਰੁਪਿੰਦਰ ਜਲਾਲ ਦਾ ਸਾਡਾ ਨਿਊਜ਼ੀਲੈਂਡ ਗਰੁੱਪ ਦੇ ਨਾਲ ਮੈਂ, ਅਤੇ ਸੁੱਖਾ ਚੱਕਾਂ ਵਾਲਾ ਰੁਪਿੰਦਰ ਦਾ ਸਕਰੋਪੀਓ ਗੱਡੀ ਨਾਲ ਸਮਾਨ ਤੋਰਿਆ, ਡਾਕਟਰ ਚਾਲ ਦਾ ਸਾਡੀ ਕਮੇਟੀ ਵੱਲੋਂ ਅਤੇ ਮੇਰੇ ਅਤੇ ਸੁੱਖੇ ਚੱਕਾਂ ਵਾਲੇ ਵੱਲੋਂ ਹੋ ਰਿਹਾ ਕਰੇਟਾ ਗੱਡੀ ਨਾਲ। ਅੱਛਾ ਭਾਅ ਜੀ, ਬਹੁਤ ਪੈਸੇ ਖਰਚਦੇ ਹੋ ਟੂਰਨਾਮੈਂਟ ਦੇ, ਜੇ ਆਪਾਂ ਕਹਿ ਸਕੀਏ ਪੰਜਾਬ ਦੇ ਜਿਹੜੇ ਪਹਿਲੀ ਲਿਸਟ ਦੇ ਵਿੱਚ ਮੇਲੇ ਆ ਉਹਨਾਂ 'ਚ ਤੁਹਾਡਾ ਇੱਕ ਮੇਲਾ ਬਣ ਚੁੱਕਾ, ਕਿਵੇਂ ਸੋਚਦੇ ਹੋ ਜਦੋਂ ਇੱਦਾਂ ਚੁਣਦੇ ਹੋ ਤੁਸੀਂ ਕਮੈਂਟੇਟਰ ਦਾ ਸਨਮਾਨ ਜਾਂ ਪਲੇਅਰਾਂ ਦਾ ਸਨਮਾਨ, ਇੰਨੇ ਪੈਸੇ ਲਾਉਂਦੇ ਹੋ? ਕਿਉਂਕਿ ਹਮੇਸ਼ਾ ਜਿੰਨੇ ਵੀ ਵੱਡੇ ਟੂਰਨਾਮੈਂਟ ਨੇ, 10-15 ਜੇ ਆਪਾਂ ਮੇਲੇ ਗਿਣ ਲਈਏ ਪੰਜਾਬ ਦੇ ਵੱਡੇ, ਜਿੱਥੇ 25-40 ਲੱਖ ਦਾ ਬਜਟ ਬਣ ਜਾਂਦਾ, ਉਹਨਾਂ 'ਚ ਇੱਕ ਮੇਲਾ ਤੁਹਾਡਾ ਆ, ਇਹ ਸਾਰੇ ਭਰਾ ਰਲ ਮਿਲ ਕੇ ਕਰਦੇ ਹੋ, ਬੜੀ ਮਿਹਨਤ ਦਾ ਕੰਮ ਹੈ, ਕਿਵੇਂ ਕਰਦੇ ਹੋ ਸਾਰਾ ਕੁਛ? ਭਾਅ ਜੀ, ਸਾਡਾ ਗਰੁੱਪ ਆ ਜਿਹੜਾ, ਸੱਤਾ ਭਾਅ ਜੀ ਆ, ਸੁੱਖਾ ਭਾਅ ਜੀ, ਜੋ ਅਸੀਂ ਫੈਸਲਾ ਲੈ ਲਿਆ, ਇੱਕ ਦੂਜੇ ਨੂੰ ਸਾਨੂੰ ਪੁੱਛਣ ਦੀ ਲੋੜ ਨਹੀਂ, ਜੋ ਕਹਿਤਾ ਤਾਂ ਕਰ ਦਈਦਾ ਇੱਕ ਦੂਜੇ ਨਾਲ ਰਲ ਮਿਲ ਕੇ। ਸਾਡਾ ਨਿਊਜ਼ੀਲੈਂਡ ਵਾਲੇ ਗੋਪਾ ਭਾਅ ਜੀ, ਹੋਰ ਕਾਫੀ ਨਿਊਜ਼ੀਲੈਂਡ ਤੋਂ ਗੋਪੀ ਹਕੀਮਪੁਰੀ ਆ, ਸੁੱਖਾ ਰੰਧਾਵਾ, ਸਾਰਾ ਸਾਡਾ ਇੱਕ ਗਰੁੱਪ ਰਲ ਮਿਲ ਕੇ ਵਧੀਆ ਕਰੀਦਾ ਜੀ। ਅੱਛਾ ਜੌਲ ਸਾਹਿਬ, ਬੜੀ ਛੋਟੀ ਉਮਰ ਹੈ ਤੁਹਾਡੀ, ਛੋਟੀ ਉਮਰ 'ਚ ਤੁਸੀਂ ਬੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਮੱਲਾਂ ਮਾਰੀਆਂ ਹੋਈਆਂ, ਪਲੇਅਰਾਂ ਦਾ ਸਨਮਾਨ ਕਰਦੇ ਹੋ, ਕਮੈਂਟੇਟਰਾਂ ਦਾ ਸਨਮਾਨ ਕਰਦੇ ਹੋ, ਇਹ ਜਿਹੜਾ ਕਬੱਡੀ ਤੁਸੀਂ ਆਪ ਖੇਡਦੇ ਰਹੇ ਹੋ ਜਾਂ ਪਿਆਰ ਹੀ ਤੁਸੀਂ ਇੰਨਾ ਕਰਦੇ ਹੋ ਪਲੇਅਰਾਂ ਨੂੰ? ਭਾਅ ਜੀ, ਪਹਿਲਾਂ 30-35 ਕਿਲੋ ਦਾ ਖੇਡੇ ਹੋਇਆ, ਬਾਅਦ ਅਮਰੀਕਾ ਗਿਆ, ਪਰ ਉੱਥੋਂ ਜਦੋਂ ਅਮਰੀਕਾ ਗਿਆ ਤਾਂ ਮੇਰੇ ਕਾਲਾ ਟਰੈਸੀ ਜੀ, ਮਾਮਾ ਜੀ ਸੈਂਟਰ ਵੈਲੀ ਕਲੱਬ ਨਾਲ ਜੁੜੇ ਹੋਏ ਸੀ, ਤਾਂ ਉਹਨਾਂ ਨਾਲ ਚੱਲ ਕੇ ਸਾਨੂੰ ਵੀ ਕੁਝ ਮੇਰਾ ਤਾਂ ਸ਼ੌਂਕ ਪੈ ਗਿਆ। ਸੋ ਪਿਆਰ ਕਰਦੇ ਹੋ ਤੁਸੀਂ ਰੂਹ 'ਚੋਂ ਕਬੱਡੀ ਨਾਲ? ਹਾਂਜੀ, ਪਿਆਰ ਕਰਦੇ ਰੂਹ ਨਾਲ ਜੀ।
ਅੱਛਾ, ਲਾਸਟ 'ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਤੁਹਾਡੇ ਮੇਲੇ ਬਾਰੇ, ਆਉਣ ਹੁੰਮ ਹੁੰਮ ਆ ਕੇ ਕੀ ਮੈਸੇਜ ਆ ਲਾਸਟ 'ਤੇ? ਇਹ ਅਸੀਂ ਚਾਹੁੰਦੇ ਹਾਂ ਫਾਈਨਲ ਤੱਕ ਸੈਮੀਫਾਈਨਲ ਤੱਕ ਪਹੁੰਚੋ, ਆਪਣਾ ਲੱਕੀ ਡਰਾ ਲਈ ਪਰਚੀ ਲਓ ਅਤੇ ਆਪਣੀ ਕਿਸਮਤ ਜਮਾਓ, ਪਹੁੰਚ ਕੇ ਰੌਣਕਾਂ ਵਧਾਓ। ਅੱਛਾ ਭਾਜੀ, ਜ਼ਰੂਰ ਦੱਸੋ, ਜਿਹੜੇ ਡੋਪਿੰਗ ਹੋ ਰਹੀ ਆ, ਡਰੱਗਸ ਦੇ ਟੈਸਟ ਹੋ ਰਹੇ ਨੇ, ਇਹ ਹੋਣੇ ਚਾਹੀਦੇ ਆ, ਵਧੀਆ ਕੰਮ ਆ? ਭਾਜੀ ਇਹ ਵਧੀਆ ਹੋ ਰਿਹਾ, ਅਸੀਂ ਨੌਰਥ ਪ੍ਰਦੇਸ਼ ਦਾ ਧੰਨਵਾਦ ਕਰਦੇ ਹਾਂ, ਜਿੰਨੀ ਜੈਰੋ ਆਇਆ ਸੀ ਖੇਲਣ ਨਹੀਂ ਦਿੱਤਾ, ਹੁਣ ਸਾਨੂੰ ਵੀ ਰਾਤ ਦੀਆਂ ਕਾਲਾਂ, ਤੁਹਾਡਾ ਮੇਲਾ ਖਰਾਬ ਹੋ ਰਿਹਾ, ਮੇਲਾ ਖਰਾਬ ਹੋ ਰਿਹਾ ਪਾਲਾ, ਪਰ ਅਸੀਂ ਕਹਿੰਦੇ ਹਾਂ ਵਧੀਆ ਹੋਇਆ, ਜੋ ਸਟੈਂਡ ਆ ਸਟੈਂਡ ਲੈਣਾ ਚਾਹੀਦਾ ਅੰਕਲ ਨੂੰ। ਸੋ ਕੋਈ ਵੀ ਪੋਜ਼ੀਟਿਵ ਆਉਂਦਾ ਉਹ ਖੇਡ ਨਹੀਂ ਸਕਦਾ, ਅਤੇ ਪਲੱਸ ਨਾਲ ਦੀ ਨਾਲ ਪਹਿਲਾਂ ਡੋਪ ਟੈਸਟ ਕਰਵਾਉਣਾ ਚਾਹੀਦਾ, ਇਹ ਰੂਲ ਰੈਗੂਲੇਸ਼ਨ ਹੈ ਡਬਲਯੂ ਕੇ ਡੀ ਸੀ ਦਾ। ਅੱਛਾ, ਡਬਲਯੂ ਕੇ ਡੀ ਸੀ ਬਣੀ ਆ, ਉਹਦੇ ਨਾਲ ਤੁਸੀਂ ਸਹਿਮਤ ਹੋ? ਸਹਿਮਤ ਹਾਂ, ਹਾਂਜੀ ਜੀ, ਵਧੀਆ। ਥੈਂਕ ਯੂ ਸੋ ਮਚ, ਤੁਸੀਂ ਸਾਡੇ ਨਾਲ ਗੱਲਬਾਤ ਜੋਬ ਸਾਹਿਬ ਕੀਤੀ, ਧੰਨਵਾਦ ਤੁਹਾਡਾ। ਥੈਂਕ ਯੂ ਭਾਜੀ, ਥੈਂਕ ਯੂ। ਧੰਨਵਾਦ ਜੀ। ਇਹ ਸਨ ਜਤਿੰਦਰ ਜੌਲ, ਅਤੇ ਆਓ ਜੁੜਦੇ ਹੁਣ ਗਰਾਊਂਡ ਦੇ ਨਾਲ, ਤਤਕਲੀ ਦੋ ਯਾਦ ਤਰਬ ਰੱਖਾਂ।